ਫੁੱਲ ਨੂੰ ਫੁੱਲ ਸਪੋਰਟ ਮਿਲ ਰਹੀ ਹੈ ਜੀ, ਫੁੱਲ ਨੂੰ ਫੁੱਲ ਸਪੋਰਟ ਮਿਲ ਰਿਹਾ, ਇੰਨਾ ਪਿਆਰ ਥਾ ਮੈਂ ਤੁਹਾਨੂੰ ਦੱਸ ਨਹੀਂ ਸਕਦਾ। ਲੋਕਾਂ ਨੇ ਮਨ ਬਣਾ ਲਿਆ, ਜਿਹੜੀ ਸਾਡੀ ਲੜਾਈ ਆ ਮੌਜੂਦਾ ਸਰਕਾਰ ਨਾਲ ਆ, ਔਰ ਇੱਥੋਂ ਹੀ ਅਗਲੀ ਸਰਕਾਰ ਬਣੇਗੀ ਬਰਨਾਲੇ ਤੋਂ ਹੀ, ਤਾਂ ਕਮਲ ਦਾ ਫੁੱਲ ਖਿਲਾ ਦੇਣਾ ਸੀ ਤੇਈ ਨੂੰ। ਗਿੱਲ ਸਾਹਿਬ, ਮੀਥੇਰ ਜਿਹੜੇ ਨੇ ਉਹ ਸਾਰਾ ਛੱਡ ਕੇ ਪੂਰਾ ਜ਼ੋਰ ਇੱਥੇ ਲਾ ਰਹੇ ਨੇ, ਲੱਗਦਾ ਵੀ ਕੋਈ ਉਹ ਅਸਰ ਪਾਉਣਗੇ ਲੋਕਾਂ ਨੂੰ ਇਨਫਲੂਐਂਸ ਕਰ ਜੀ? ਲੋਕਾਂ ਨੇ ਦੇਖ ਲਿਆ ਮੀਥੇਰ ਨੂੰ, ਜਦੋਂ ਦਾ ਪਾਰਲੀਮੈਂਟ ਬਣਿਆ ਕਿਸੇ ਦਾ ਕੰਮ ਨਹੀਂ ਹੁੰਦਾ, ਹੁਣ ਤਾਂ ਲੋਕਾਂ ਨੇ ਮਨ ਬਣਾ ਲਿਆ ਕਿ 2027 ਵਿੱਚ ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਸਰਕਾਰ ਬਣਾਉਣੀ ਆ, ਕਿ ਡਬਲ ਇੰਜਨ ਤੋਂ ਬਗੈਰ ਚੱਲ ਹੀ ਨਹੀਂ ਸਕਦੀ ਕੋਈ ਡਿਵੈਲਪਮੈਂਟ ਨਹੀਂ। ਅਤੇ ਮੁੱਖ ਮੰਤਰੀ ਆਏ ਬਾਜ਼ਾਰ 'ਚ ਟੱਪੀ ਜਾਣ, ਮੈਂ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਕੀਤੀ ਕਿ ਮੰਡੀਆਂ 'ਚ ਆਓ, ਜਿਹੜੀਆਂ ਮਾਵਾਂ ਦੇ ਪੁੱਤ ਚਿੱਟੇ ਨਾਲ ਮਰ ਗਏ ਉਹਨਾਂ ਦਾ ਧਿਆਨ ਕਰੋ। ਪੰਜਾਬ ਦੇ ਲੋਕ ਇੱਕ ਚੰਗਾ ਲੀਡਰ ਔਰ ਪੰਜਾਬ 'ਚ ਇੱਕ ਵਧੀਆ ਸੂਬਾ ਚਾਹੁੰਦੇ ਆ, ਜਿੱਥੇ ਪਹਿਲੇ ਨੰਬਰ 1 'ਤੇ ਸੀ, ਮੁੜ ਕੇ ਭਾਰਤੀ ਜਨਤਾ ਪਾਰਟੀ ਆਊਗੀ, ਪੰਜਾਬ ਨੰਬਰ 1 'ਤੇ ਸੂਬਾ ਹੋ। ਬਾਬੂ ਸ਼ਾਹੀ ਦੇਖ ਰਹੇ ਤੁਸੀਂ, ਬਰਨਾਲਾ ਹਲਕੇ ਤੋਂ ਬੀਜੇਪੀ ਉਮੀਦਵਾਰ ਕੇਵਲ ਸਿੰਘ ਢਿੱਲੋਂ ਆਪਣੀ ਕਿਸਮਤ ਫੇਰ ਤੋਂ ਅਜ਼ਮਾ ਰਹੇ ਨੇ 2017 ਤੋਂ ਬਾਅਦ, ਹੁਣ ਜ਼ਿਮਨੀ ਚੋਣਾਂ 'ਚ ਚੋਣ ਮੈਦਾਨ 'ਚ ਨੇ। ਗੱਲਬਾਤ ਕਰਾਂਗੇ ਕੇਵਲ ਢਿੱਲੋਂ, ਜੋ ਇਸ ਵੇਲੇ ਹੰਡਿਆਇਆ ਵਿਖੇ ਇਕੱਲੇ ਇਕੱਲੇ ਦੁਕਾਨਦਾਰ ਨੂੰ ਮਿਲ ਰਹੇ ਨੇ, ਵੋਟ ਮੰਗੀ ਜਾ ਰਹੀ ਹੈ ਸਾਰੇ ਕੈਂਡੀਡੇਟਸ ਵੱਲੋਂ, ਮੈਦਾਨ ਜਿਹੜਾ ਹੈਗਾ ਉਹ ਪੂਰਾ ਤਿਆਰ ਹੈ ਕਿਉਂਕਿ ਪੁੱਠੀ ਗਿਣਤੀ ਸ਼ੁਰੂ ਹੋ ਚੁੱਕੀ ਹੈ, ਥੋੜ੍ਹੇ ਦਿਨ ਰਹਿ ਚੁੱਕੇ ਨੇ। ਸੋ ਬੀਜੇਪੀ ਪੂਰੀ ਕੋਸ਼ਿਸ਼ ਕਰ ਰਹੀ ਹੈ ਕਿ ਇਸ ਵਾਰ ਪੰਜਾਬ 'ਚ ਹਾਜ਼ਰੀ ਜ਼ਰੂਰ ਲਾਈ ਜਾਵੇ। ਗੱਲਬਾਤ ਕਰਾਂਗੇ ਕੇਵਲ ਢਿੱਲੋਂ ਜਿਹਦੇ ਨਾਲ, ਜੋ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਦੇ ਨਾਲ ਆਪਣੀ ਗੱਲਬਾਤ ਜਿਹੜੀ ਰੱਖ ਰਹੇ ਨੇ ਲੋਕਾਂ ਦੇ ਵਿੱਚ। ਸੋ ਇਸ ਵੇਲੇ ਹੰਡਿਆਏ ਬਾਜ਼ਾਰ 'ਚ ਉਹ ਵੋਟਾਂ ਮੰਗ ਰਹੇ ਨੇ, ਸੋ ਕੀ ਰੋਡ ਮੈਪ ਉਹਦੇ ਬਾਰੇ ਵੀ ਜਾਣਦੇ। ਢਿੱਲੋਂ ਸਾਹਿਬ ਕਿਵੇਂ ਚੱਲ ਰਿਹਾ ਜੀ, ਫੁੱਲ ਨੂੰ ਫੁੱਲ ਸਪੋਰਟ ਮਿਲ ਰਹੀ ਹੈ ਜੀ? ਫੁੱਲ ਨੂੰ ਫੁੱਲ ਸਪੋਰਟ ਮਿਲ ਰਿਹਾ, ਇੰਨਾ ਪਿਆਰ ਥਾ ਮੈਂ ਤੁਹਾਨੂੰ ਦੱਸ ਨਹੀਂ ਸਕਦਾ। ਲੋਕਾਂ ਨੇ ਮਨ ਬਣਾ ਲਿਆ, ਜਿਹੜੀ ਸਾਡੀ ਲੜਾਈ ਆ ਮੌਜੂਦਾ ਸਰਕਾਰ ਨਾਲ ਆ, ਲੋਕਾਂ ਨੇ ਜਿਹੜਾ ਬਦਲਾਅ ਮੰਗਿਆ ਸੀ ਬਦਲਾਅ ਮਿਲਿਆ ਨਹੀਂ, ਬਦਲਾਅ ਗਲਤ ਮਿਲਿਆ। ਲੋਕ ਬੜੇ ਨਿਰਾਸ਼ ਨੇ, ਕੋਈ ਵੀ ਵਰਗ, ਚਾਹੇ ਉਹ ਜ਼ਿਮੀਂਦਾਰ ਆ, ਕਿਸਾਨ ਆ, ਚਾਹੇ ਖੇਤ ਮਜ਼ਦੂਰ ਆ, ਚਾਹੇ ਨੌਜਵਾਨ ਆ, ਚਾਹੇ ਮਹਿਲਾਵਾਂ, ਕੋਈ ਵੀ ਵਰਗ ਇਸ ਵੇਲੇ ਖੁਸ਼ ਨਹੀਂ। ਸਾਰਿਆਂ ਨੇ ਮਨ ਬਣਾ ਲਿਆ, ਸਾਡੇ ਇਲਾਕੇ ਦੇ ਵਿੱਚ ਇਹ ਆ ਕਿ 20 ਤਰੀਕ ਨੂੰ ਦੱਬ ਕੇ ਵੋਟਾਂ ਪਾਉਣੀਆਂ, ਔਰ 23 ਨੂੰ ਕਮਲ ਦਾ ਫੁੱਲ ਖਿਲੇਗਾ, ਔਰ ਇੱਥੋਂ ਹੀ ਅਗਲੀ ਸਰਕਾਰ ਬਣੇਗੀ ਬਰਨਾਲੇ ਤੋਂ ਹੀ, ਤਾਂ ਕਮਲ ਦਾ ਫੁੱਲ ਖਿਲਾ ਦੇਣਾ ਸੀ 23 ਨੂੰ। ਇਹ ਮੁਕਾਬਲਾ ਕਿਹਦੇ ਨਾਲ ਦੇਖ ਰਹੇ ਹੋ ਜੀ? ਬੜੀ ਮਲਟੀ ਕਾਰਨਰ ਫਾਈਟ ਹੈ ਹੀ ਨਹੀਂ ਜੀ, ਤੁਸੀਂ ਦੇਖੋ ਲੋਕਾਂ ਦਾ, ਦੇਖ ਲਓ ਲੋਕਾਂ ਦਾ, ਚਾਹ ਮੁਕਾਬਲਾ ਲੋਕਾਂ ਨੇ ਵਨ ਸਾਈਡਡ ਆ, ਲੋਕਾਂ ਨੇ ਮਨ ਬਣਾ ਲਿਆ ਵੀ ਅਗਲੀ ਸਰਕਾਰ ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਆਉਣੀ। ਗੁਰਦੀਪ ਬਾਠ ਨੂੰ ਗੇਮ ਚੇਂਜਰ ਕਹਿ ਰਹੇ ਨੇ, ਤੁਹਾਨੂੰ ਲੱਗਦਾ ਵੀ ਕੋਈ ਇੰਪੈਕਟ ਪਾ ਰਹੇ ਨੇ ਉਹ ਸਾਰੇ ਕੈਂਡੀਡੇਟਸ ਦੀਆਂ ਵੋਟਾਂ? ਉਹਨਾਂ ਦੀ ਆਪਦਾ ਪਾਰਟੀ ਦਾ ਇੰਟਰਨਲ ਆ, ਉਹਨਾਂ ਦੀ ਲੜਾਈ ਝਗੜਾ, ਕਿਉਂਕਿ ਬਾਠ ਨੇ ਕੀ ਕੀਤਾ, ਬਾਠ ਸਹੀ ਆ, ਇਹਨਾਂ ਨੇ ਇੱਕ ਦਿੱਤਾ ਸੀ ਮੁੱਦਾ ਕਿ ਅਸੀਂ ਜਿਹੜੇ ਭੈਣ ਭਰਾ ਜਿਹੜੇ ਪਰਿਵਾਰਵਾਦ ਤੋਂ ਉੱਪਰ ਉੱਠਾਂਗੇ। ਪਰਿਵਾਰਵਾਦ ਅਕਾਲੀ ਦਲ ਅਤੇ ਕਾਂਗਰਸ ਨੇ ਬਲੇਮ ਲਾਇਆ ਸੀ ਵੀ ਅਕਾਲੀ ਦਲ ਅਤੇ ਜਿਹੜੀ ਕਾਂਗਰਸ ਵਾਲੇ ਪਰਿਵਾਰਵਾਦ ਨੂੰ ਬੜਾਵਾ ਦਿੰਦੇ ਆ, ਹੁਣ ਇਹਨਾਂ ਨੇ ਦੋ ਫੱਟੇ ਹੀ ਚੱਕ ਤੇ ਆਪਦੇ ਮਾਸੀ ਦੇ ਮੁੰਡੇ ਨੂੰ ਟਿਕਟ ਦੇ ਤਾ, ਸੋ ਲੋਕ ਇਸ ਕਰਕੇ ਕਹਿਣ ਲੱਗੇ ਵੀ ਗਲਤ ਹੈ।
ਅੱਛਾ ਢਿੱਲੋਂ ਸਾਹਿਬ, ਇੱਕ ਇਹ ਵੀ ਦੱਸੋ ਕਿਵੇਂ ਦਾ ਇੱਕ 2017 'ਚ ਬੜਾ ਵਧੀਆ ਤੁਸੀਂ ਫਾਈਟ ਕੀਤੀ ਸੀਗੀ, ਥੋੜ੍ਹਾ ਜਿਹਾ ਫਰਕ ਰਹਿ ਗਿਆ ਸੀਗਾ, ਦੁਬਾਰੇ ਕਿਸਮਤ ਅਜਮਾ ਰਹੇ ਹੋ, ਪਾਰਟੀ ਹੋਰ ਹੈ, ਇਸ ਵਾਰ ਲੱਗਦਾ ਵੀ ਉਹ ਕਸਰ ਕੱਢ ਦੇਣਗੇ ਲੋਕ ਇੱਥੋਂ? ਬਿਲਕੁਲ ਜੀ, ਲੋਕਾਂ ਨੇ ਮਨ ਬਣਾ ਲਿਆ, ਲੋਕਾਂ ਨੂੰ ਪਤਾ ਵੀ ਕੇਵਲ ਸਿੰਘ ਢਿੱਲੋਂ ਵਿਕਾਸ ਦੇ ਵਿੱਚ ਵਿਸ਼ਵਾਸ ਕਰਦਾ, ਸੋ ਅਸੀਂ ਵਿਕਾਸ ਦੇ ਨਾਲ ਹੀ ਚੱਲਦੇ, ਠੀਕ ਹੋ? ਬਸ ਗੁਰੂ ਘਰ ਜਾ, ਲੋਕਾਂ ਨੇ ਮਨ ਬਣਾਇਆ ਕਿ ਅਸੀਂ ਕਮਲ ਦਾ ਫੁੱਲ ਖਿਲਾ ਦੇਣਾ। ਹਾਂਜੀ, ਕੀ ਹਾਲ ਆ? ਠੀਕ ਹੋ? ਵਧੀਆ, ਠੀਕ ਹੈ? ਹਾਂਜੀ, ਲੈ ਮੁਲਾਕਾਤ ਹੋਈ ਆਪਣੀ, ਹੈ ਨਾ? ਹਾਂਜੀ, ਆਪਾਂ ਇਕੱਠੇ ਹੀ ਸੀ। ਸੋ ਗੱਲਬਾਤ ਜਾਰੀ ਰੱਖਾਂਗੇ, ਤੋ ਕੈਂਪੇਨ ਜਿਹੜੀ ਹੈ ਉਹ ਡੋਰ ਟੂ ਡੋਰ ਚੱਲ ਰਹੀ ਹੈ ਕੇਵਲ ਸਿੰਘ ਢਿੱਲੋਂ ਦੀ। ਸੋ ਬੀਜੇਪੀ ਵੱਲੋਂ ਪੂਰੀ ਕੋਸ਼ਿਸ਼ ਹੈ ਇਸ ਵਾਰ ਛਾਪ ਛੱਡਣ ਦੀ। ਢਿੱਲੋਂ ਸਾਹਿਬ, ਮੀਤ ਹੇਅਰ ਜਿਹੜੇ ਨੇ ਉਹ ਸਾਰਾ ਛੱਡ ਕੇ ਪੂਰਾ ਜ਼ੋਰ ਇੱਥੇ ਲਾ ਰਹੇ ਨੇ, ਲੱਗਦਾ ਵੀ ਕੋਈ ਉਹ ਅਸਰ ਪਾਉਣਗੇ ਲੋਕਾਂ ਨੂੰ ਇਨਫਲੂਐਂਸ ਕਰ ਜੀ? ਲੋਕਾਂ ਨੇ ਦੇਖ ਲਿਆ ਮੀਤ ਹੇਅਰ ਨੂੰ, ਜਦੋਂ ਤਾਂ ਪਾਰਲੀਮੈਂਟ ਬਣਿਆ ਕਿਸੇ ਦਾ ਕੰਮ ਨਹੀਂ ਹੁੰਦਾ, ਕੋਈ ਸਾਡੇ ਭਰਾ ਨੇ ਫਸਿਆ, ਕੋਈ ਕੰਮ ਨਹੀਂ ਹੋ ਰਿਹਾ ਲੋਕਾਂ ਦਾ। ਕਿੰਨੀ ਵੋਟ? 2.5 ਸਾਲ ਪਹਿਲਾਂ ਜਿੰਨਾ ਵਿਕਾਸ ਕਰਾਤਾ, ਉਦੋਂ ਬਾਅਦ ਇੱਟ ਨਹੀਂ ਲੱਗੀ, ਠੀਕ ਹੈ? ਕਿੰਨੀ ਵੋਟ ਪੇਂਡੂ ਵੋਟ ਕੀ ਲੱਗਦਾ ਜੀ, ਕਿੰਨੀ ਕੁ ਮਿਲ ਜੂਗੀ ਬੀਜੇਪੀ ਨੂੰ ਇਸ ਵਾਰ? ਸਾਰੀ ਵੋਟ ਜੀ, ਸਾਨੂੰ ਤਾਂ ਪਿੰਡਾਂ 'ਚੋਂ ਬਹੁਤ ਹੰਗਾਰਾ ਮਿਲ ਰਿਹਾ, ਸ਼ਹਿਰਾਂ 'ਚੋਂ ਮਿਲਣਾ। ਕੀ ਹਾਲ ਹੈ ਮਹਾਰਾਜ? ਕੁਮਾਰ ਸਾਹਿਬ ਠੀਕ ਹੋ? ਲੋਕ ਸਭਾ ਸੀਟ ਤੋਂ ਵੀ ਤੁਸੀਂ ਚੋਣ ਲੜੀ ਸੀ, ਉਦੋਂ ਕੀ ਫਿਰ ਕਿੱਥੇ ਕਮੀ ਰਹਿ ਗਈ ਸੀ, ਕੀ ਮਹਿਸੂਸ ਕੀਤਾ? ਦੇਖੋ, ਗੱਲ ਇਹ ਹੈ ਕਿ ਪਾਰਲੀਮੈਂਟ ਜਦੋਂ ਮੈਂ ਪਿਛਲੇ ਵਾਰੀ ਲੜੀ ਸੀ 3,26,000 ਵੋਟ ਮਿਲੀ ਸੀ, ਸੋ ਇੱਧਰ ਜਦੋਂ ਪਾਰਲੀਮੈਂਟ ਮਿਲੀ ਬੀਜੇਪੀ ਤੋਂ ਅਸੀਂ ਗ੍ਰਾਫ ਫਿਰ ਵਧਿਆ, ਸੋ ਸਾਡਾ ਹਰੇਕ ਇਲੈਕਸ਼ਨ ਬਾਅਦ ਗ੍ਰਾਫ ਵੱਧਦਾ ਬੀਜੇਪੀ ਦਾ। ਹੁਣ ਤਾਂ ਲੋਕਾਂ ਨੇ ਮਨ ਬਣਾ ਲਿਆ ਕਿ 2027 ਵਿੱਚ ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਸਰਕਾਰ ਬਣਾਉਣੀ ਆ, ਕਿ ਡਬਲ ਇੰਜਨ ਤੋਂ ਬਗੈਰ ਚੱਲ ਹੀ ਨਹੀਂ ਸਕਦੀ, ਕੋਈ ਡਿਵੈਲਪਮੈਂਟ ਨਹੀਂ ਜਿੰਨਾ ਇਹ ਸਰਕਾਰ ਨੇ ਕਿਹਾ ਸੀ ਆਹ ਕਰਾਂਗੇ ਆਹ ਕਰਾਂਗੇ। ਦੇਖੋ, ਸਿਹਤ ਅਤੇ ਸਿੱਖਿਆ ਦੇ ਤੌਰ 'ਤੇ ਆਇਆ ਸੀ, ਦੋਨਾਂ ਵੱਲੋਂ ਫੇਲ ਹੋ ਚੁੱਕੇ ਆ। ਅਸੀਂ ਇੱਥੇ ਮਲਟੀ ਸੁਪਰ ਸਪੈਸ਼ਲਿਟੀ ਐਸੇ ਹੰਡਿਆਏ 'ਚ ਬਹੁਤ ਵਧੀਆ ਹਸਪਤਾਲ ਲੈ ਕੇ ਆ ਰਹੇ ਸੀ, ਇਹਨਾਂ ਨੇ ਬਣਾਇਆ ਨਹੀਂ ਉਹ, ਕਿ ਇਹਦੇ 'ਚ ਕਿਤੇ ਲਾਹਾ ਹੈ ਵੀ ਛੋਟੀ ਸੋਚ ਕਰਕੇ। ਆਮ ਆਦਮੀ ਕਲੀਨਿਕ ਦਾ ਬੜਾ ਪ੍ਰਚਾਰ ਕਰ ਰਹੇ? ਆਮ ਆਦਮੀ ਪਾਰਟੀ, ਮੇਰੀ ਆਮ ਆਦਮੀ ਦਾ ਪ੍ਰਚਾਰ ਹੀ ਹੈ ਜੀ, ਆਪ ਤਾਂ ਮੋਹਾਲੀ ਜਾ ਕੇ ਇਲਾਜ ਕਰਵਾਉਂਦੇ ਆ, ਜੇ ਆਮ ਆਦਮੀ ਪਾਰਟੀ ਕਲੀਨਿਕ ਚੱਲਦੀ ਹੁੰਦੀ ਤਾਂ ਆਪ ਮੋਹਾਲੀ ਕਿਉਂ ਜਾਂਦੇ? ਅਤੇ ਇੱਕ ਨਸ਼ਿਆਂ ਦਾ ਬੜਾ ਵੱਡਾ ਇੱਥੇ ਮੁੱਦਾ, ਸੋ ਗੱਲਬਾਤ ਜਿਹੜੀ ਆ ਉਹ ਨਸ਼ੇ ਦੇ ਮੁੱਦੇ 'ਤੇ ਹੋਵੇ ਜਾਂ ਹੋਰ ਜਿਹੜੇ ਇੰਪੋਰਟੈਂਟ ਜਿਹੜੇ ਇਸ਼ੂਜ਼ ਨੇ ਉਸ 'ਤੇ ਜ਼ਰੂਰ ਅਸੀਂ ਕਰਾਂਗੇ, ਕਿਉਂਕਿ ਚੋਣਾਂ ਦੇ ਵਿੱਚ ਕਈ ਇਸ ਤਰ੍ਹਾਂ ਦੇ ਜਿਹੜੇ ਇੰਪੋਰਟੈਂਟ ਇਸ਼ੂਜ਼ ਹੁੰਦੇ ਨੇ ਤਾਂ ਲੋਕਾਂ ਦੇ ਉਹ ਜ਼ਹਿਨ 'ਚ ਹੁੰਦੇ ਨੇ, ਲੋਕਾਂ ਦੀਆਂ ਸ਼ਿਕਾਇਤਾਂ ਜਿਹੜੀਆਂ ਹੁੰਦੀਆਂ ਨੇ ਉਹ ਲੀਡਰਾਂ ਤੋਂ ਕੈਂਡੀਡੇਟਸ ਤੋਂ ਇਸੇ ਚੀਜ਼ ਨੂੰ ਲੈ ਕੇ ਹੁੰਦੀਆਂ, ਚਾਹੇ ਬੇਰੁਜ਼ਗਾਰੀ ਹੋਵੇ, ਚਾਹੇ ਸਿਹਤ ਦੇ ਖੇਤਰ ਦੇ ਵਿੱਚ ਗੱਲ ਹੋਵੇ ਜਾਂ ਸਿੱਖਿਆ ਦੇ ਖੇਤਰ 'ਚ ਗੱਲ ਹੋਵੇ, ਨਸ਼ਾ ਜਿਹੜਾ ਪੰਜਾਬ 'ਚ ਵੱਧ ਰਿਹਾ ਉਸ 'ਤੇ ਗੱਲ ਹੋਵੇ, ਸੋ ਉਹਦੇ ਬਾਰੇ ਕਲੈਰਿਟੀ ਜਿਹੜੀ ਹੈ ਉਹ ਲੋਕ ਜ਼ਰੂਰ ਚਾਹੁੰਦੇ ਨੇ ਅਤੇ ਆਸ ਕਰਦੇ ਨੇ ਕਿ ਇੱਕ ਚੰਗਾ ਮਾਹੌਲ ਜਿਹੜਾ ਹੈਗਾ ਉਹਨਾਂ ਦੇ ਆਲੇ ਦੁਆਲੇ ਬਣਨਾ ਜ਼ਰੂਰੀ ਹੈ।
ਢਿੱਲੋਂ ਸਾਹਿਬ, ਨਸ਼ੇ ਦਾ ਮੁੱਦਾ ਬੜਾ ਇੰਪੋਰਟੈਂਟ ਹੈ। ਜਿਵੇਂ ਮਨਪ੍ਰੀਤ ਬਾਦਲ ਇਹ ਕਹਿ ਰਹੇ ਸੀ ਕਿ ਇੱਥੇ ਯੂਪੀ ਵਾਲਾ ਮਾਡਲ ਹੀ ਲਾਗੂ ਕਰਕੇ ਕੁਛ ਹੋਊਗਾ, ਤੁਸੀਂ ਵੀ ਇਹੀ ਮੰਨਦੇ ਹੋ ਜੀ? ਮੈਂ ਤਾਂ 100% ਮੰਨਦਾ ਜੀ ਕਿ ਇਹਨਾਂ ਦਾ ਨਸ਼ੇ ਦਾ ਬਹੁਤ ਬੁਰਾ ਹਾਲ ਆ। ਨਸ਼ਾ ਬਹੁਤ ਵਧਿਆ, ਇਹਨਾਂ ਨੇ ਕਿਹਾ ਸੀ ਨਸ਼ਾ 4 ਹਫ਼ਤਿਆਂ 'ਚ ਖਤਮ ਕਰ ਦੇਂਗੇ। ਨਸ਼ਾ ਤਾਂ ਨਸ਼ਾ ਹੀ ਭਰਮਾਰ ਆ। ਇੱਥੇ ਮੁੱਖ ਮੰਤਰੀ ਆਏ ਬਾਜ਼ਾਰ 'ਚ ਟੱਫੀ ਜਾਣ, ਮੈਂ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਕੀਤੀ ਕਿ ਮੰਡੀਆਂ 'ਚ ਆਓ, ਜਿਹੜੀਆਂ ਮਾਵਾਂ ਦੇ ਪੁੱਤ ਚਿੱਟੇ ਨਾਲ ਮਰ ਗਏ ਉਹਨਾਂ ਦਾ ਧਿਆਨ ਕਰੋ। ਤੁਸੀਂ ਬਾਜ਼ਾਰ 'ਚ ਕੀ ਕਰਦੇ ਹੋ ਮਹਾਰਾਜ ਜੀ? ਅੱਛਾ, ਮੰਡੀਆਂ 'ਚ ਵੀ ਜੋ ਹਾਲਾਤ ਹੈ, ਪੰਜਾਬ ਸਰਕਾਰ ਬੀਜੇਪੀ ਨੂੰ ਜ਼ਿੰਮੇਵਾਰ ਠਹਿਰਾ ਰਹੀ ਹੈ? ਉਹ ਤਾਂ ਐਵੇਂ ਇਹਨਾਂ ਦੀ ਇੱਕ ਪਖੰਡ ਆ, ਇਹ ਠੀਕਰਾ ਭੰਨਦੇ ਆ। ਜੋ ਸੈਂਟਰ ਸਰਕਾਰ ਨੇ ਕਰਨਾ 44,000 ਕਰੋੜ ਦਿੱਤਾ, ਮੰਡੀਆਂ 'ਚ ਬਾਰਦਾਨਾ ਇਹਨਾਂ ਨੇ ਆਰਡਰ ਕਰਨਾ ਹੁੰਦਾ, ਲੋਕਲ ਮੈਨੇਜਮੈਂਟ ਸੂਬਾ ਸਰਕਾਰ ਦੀ ਹੁੰਦੀ ਆ। ਹੁਣ ਮੈਂ ਤੁਹਾਨੂੰ, ਤੁਸੀਂ ਮੰਡੀਆਂ ਦੀ ਗੱਲ ਕਰਦੇ ਹੋ, ਕਿਸਾਨ ਉਦੋਂ ਵੀ ਔਖੇ DAP 'ਚ ਸੀਗੇ, ਇਹਨਾਂ ਨੇ ਆਰਡਰ ਹੀ ਨਹੀਂ ਕੀਤੇ 6 ਮਹੀਨੇ। ਜਦੋਂ ਮੈਨੂੰ ਪਤਾ ਲੱਗਿਆ, ਨਾਲ ਦੀ ਨਾਲ ਮੈਂ ਫਰਟੀਲਾਈਜ਼ਰ ਮਿਨਿਸਟਰ ਸਾਹਿਬ ਨੂੰ ਗੱਲ ਕੀਤੀ ਦਿੱਲੀ, ਹੁਣ ਅਸੀਂ ਸਾਰਾ DAP ਮੰਗਾਤਾ। ਇਹਨਾਂ ਨੂੰ ਸਰਕਾਰ ਚਲਾਉਣੀ ਆਉਂਦੀ ਨਹੀਂ, ਗੱਲ ਇੱਥੇ ਮੁੱਕਦੀ ਹੈ। ਸੋ ਸਾਰੇ ਦੁਕਾਨਦਾਰਾਂ ਨੂੰ ਮਿਲ ਰਹੇ ਨੇ, ਚਾਹੇ ਉਹ ਜੇ ਮੇਨ ਬਾਜ਼ਾਰ ਹੰਡਿਆਏ ਦੇ ਵਿੱਚ ਜਿੰਨੀਆਂ ਵੀ ਦੁਕਾਨਾਂ ਨੇ, ਇਸ ਵੇਲੇ ਕੱਪੜੇ ਵਾਲੀ ਦੁਕਾਨ 'ਤੇ ਕੇਵਲ ਸਿੰਘ ਢਿੱਲੋਂ ਮਿਲ ਰਹੇ ਨੇ ਇਕੱਲੇ ਇਕੱਲੇ ਨੂੰ। ਅਤੇ ਕੋਸ਼ਿਸ਼ ਇਹ ਹੈ ਕਿ ਲਾਸਟ ਵਾਲੇ ਦਿਨਾਂ ਦੇ ਵਿੱਚ ਪੂਰਾ ਹਲਕਾ ਜਿਹੜਾ ਹੈਗਾ ਉਹ ਡੋਰ ਟੂ ਡੋਰ ਉਤਰ ਕੇ ਕਵਰ ਕੀਤਾ ਜਾਵੇ, ਤਾਂ ਜੋ ਮੈਕਸੀਮਮ ਵੋਟਾਂ ਜਿਹੜੀਆਂ ਨੇ ਉਹ ਮਿਲ ਸਕਣ। ਢਿੱਲੋਂ ਸਾਹਿਬ, ਮੌਕਾ ਜੇ ਤੁਹਾਨੂੰ ਮਿਲਦਾ ਤਾਂ, ਕਿਉਂਕਿ ਸੈਂਟਰ 'ਚ BJP ਸਰਕਾਰ ਹੈ, ਸੋ ਪਹਿਲਾਂ ਕੀ ਸੁਗਾਤ ਲੈ ਕੇ ਆਉਂਗੇ ਬਰਨਾਲੇ ਲਈ? ਅਸੀਂ ਤਾਂ ਸਿੱਧੀ ਗੱਲ ਕਹਿੰਦੇ ਹਾਂ ਜੀ, ਇੱਕ ਵਾਰੀ ਸਿੰਘਾਂ ਨੂੰ ਹੱਥ ਪਹਿਣ ਦਿਓ, ਤੁਸੀਂ ਦੇਖਦੇ ਜਾਓ ਕੀ ਹੁੰਦਾ। ਅਸੀਂ ਪਹਿਲਾਂ ਵੀ ਸਰਕਾਰਾਂ ਚਲਾਈਆਂ ਨੇ, ਸਾਨੂੰ ਚਲਾਉਣੀ ਆਉਂਦੇ, ਸਾਨੂੰ ਪਤਾ ਕਿਵੇਂ ਸਰਕਾਰ ਚੱਲਦੀ ਆ। ਅਤੇ ਇੱਥੇ ਪੰਜਾਬ ਦੇ ਵਿੱਚ ਦੇਖੋ, ਪੰਜਾਬ ਦੇ ਲੋਕ ਮਿਹਨਤੀ ਨੇ, ਪੰਜਾਬ ਦੇ ਲੋਕ ਗੋਡ ਫੇਅਰਿੰਗ ਆ, ਪਰਮਾਤਮਾ ਨੂੰ ਮੰਨਦੇ ਆ। ਪੰਜਾਬ ਦੇ ਲੋਕਾਂ ਦੀ ਜਿੱਥੇ ਗਏ ਸਾਰੀ ਦੁਨੀਆ ਤਰੱਕੀ ਕੀਤੀ ਆ। ਪੰਜਾਬ ਦੇ ਵਿੱਚ ਇੰਨਾ ਵਧੀਆ ਕੰਮ ਹੋ ਸਕਦਾ, ਇਹਨਾਂ ਦੀ ਸੋਚ ਨਹੀਂ, ਇਹਨਾਂ ਦੀ ਵਿਜ਼ਨ ਨਹੀਂ। ਪੰਜਾਬ ਦੇ ਲੋਕ ਇੱਕ ਚੰਗਾ ਲੀਡਰ ਔਰ ਪੰਜਾਬ 'ਚ ਇੱਕ ਵਧੀਆ ਸੂਬਾ ਚਾਹੁੰਦੇ ਆ, ਜਿੱਥੇ ਪਹਿਲੇ ਨੰਬਰ 1 'ਤੇ ਸੀ, ਮੁੜ ਕੇ ਭਾਰਤੀ ਜਨਤਾ ਪਾਰਟੀ ਆਊਗੀ, ਪੰਜਾਬ ਨੰਬਰ 1 'ਤੇ ਸੂਬਾ ਹੋਏ। ਆਖਰੀ ਸਵਾਲ ਜੀ, ਕਿਸਾਨਾਂ ਦਾ ਫੈਕਟਰ ਬੜਾ ਇੰਪੋਰਟੈਂਟ ਰਹਿੰਦਾ ਅਤੇ ਬਰਨਾਲੇ 'ਚ ਧਰਨੇ ਲੱਗ ਰਹੇ ਨੇ ਲਗਾਤਾਰ, ਉਹਦਾ ਤੁਹਾਨੂੰ ਵੀ ਨੁਕਸਾਨ ਕੋਈ ਹੋ ਸਕਦਾ? ਦੇਖੋ, ਅਸੀਂ ਤਾਂ ਕਿਸਾਨਾਂ ਦੇ ਭਰਾਵਾਂ ਦੇ, ਮੈਂ ਤਾਂ ਖੁਦ ਜ਼ਿਮੀਦਾਰ ਦਾ ਪੁੱਤ ਆ, ਜੱਟ ਦਾ ਪੁੱਤ ਆ, ਮੈਂ ਤਾਂ ਸਾਰੇ ਤਕਲੀਫਾਂ ਪਤਾ। ਹੁਣ ਕਿਸਾਨਾਂ ਨੂੰ DAP ਦੀ ਤਕਲੀਫ ਆ ਰਹੀ ਸੀ, DAP ਮੰਗਾਤਾ। ਅੱਜ ਵੀ ਅਸੀਂ ਕਿਸਾਨਾਂ ਨੂੰ ਕਹਿੰਦੇ, ਜਿਹੜੇ ਮੰਡੀਆਂ 'ਚ ਬੈਠੇ ਆ, ਬਿਲਕੁਲ ਜਾਇਜ਼ ਬੈਠੇ ਆ, ਜਿਹੜੇ ਸੂਬਾ ਸਰਕਾਰ ਉਹ ਫੇਲ ਹੋ ਚੁੱਕੀ ਆ, ਬਹਾਨੇ ਕਰਦੀ ਆ। MSP ਵਾਲੀ ਇਸ਼ੂ 'ਤੇ ਤੁਹਾਡੇ ਨਾਲ ਜਿਹੜੀ ਉਹਨਾਂ ਦਾ ਕਸ਼ਮਕਸ਼ ਚੱਲ ਰਿਹਾ, ਉਹ ਸੌਰਟ ਆਊਟ ਕਰਵਾ ਦੋਗੇ ਤੁਸੀਂ? ਮੈਂ ਇਹ ਕਹਿਣਾ ਚਾਹੁੰਦਾ ਜੀ, MSP ਦੀ ਗੱਲ, MSP ਨਾਲੋਂ ਇਹਨਾਂ ਨੂੰ ਮੁਨਾਫੇਦਾਰ ਫਸਲਾਂ ਆਉਣੀਆਂ ਚਾਹੀਦੀਆਂ। ਹੁਣ ਦੇਖੋ, ਮੋਦੀ ਸਾਹਿਬ ਨੇ, ਆਪਾਂ ਝੋਨਾ ਬੀਜਿਆ ਨਹੀਂ ਸੀ, 175 ਰੁਪਏ ਪਹਿਲਾਂ MSP ਦੇਤੀ, ਹਜੇ ਕਣਕ ਬੀਜਣੀ ਆ, 150 ਰੁਪਏ ਕਣਕ ਦੇ ਦਿੱਤਾ। ਅਸੀਂ ਜੁੱਤੀਆਂ ਘੱਸ ਜਾਂਦੇ ਹੁੰਦੇ ਸੀ ਕਾਂਗਰਸ ਸਰਕਾਰ ਵੇਲੇ, 10 ਜਾਂ 20 ਰੁਪਏ MSP ਦਿੰਦੇ ਸੀ। ਸੋ ਮੋਦੀ ਸਰਕਾਰ ਕਿਸਾਨਾਂ ਨੂੰ ਪਿਆਰ ਕਰਦੀ ਆ, ਪੰਜਾਬ ਨੂੰ ਪਿਆਰ ਕਰਦੀ ਆ, ਪੰਜਾਬ ਦੇ ਵਿੱਚ ਮੋਦੀ ਸਰਕਾਰ ਹੀ ਆਏਗੀ ਤਾਂ ਪੰਜਾਬ ਦਾ ਭਲਾ ਹੋਏਗਾ। ਹਲਕੇ 'ਚ ਹੀ ਰਹੋਗੇ ਇਸ ਤੋਂ ਬਾਅਦ ਵੀ? ਕਿਤੇ ਇਹ ਤਾਂ ਨਹੀਂ, ਵੋਟਾਂ ਲੋਕਾਂ ਦੀ ਸ਼ਿਕਾਇਤ ਹੁੰਦੀ ਆ ਵੀ ਲੀਡਰ ਬਾਅਦ 'ਚ ਮਿਲਦੇ ਹੀ ਨਹੀਂ? ਨਹੀਂ, ਉਹ ਸ਼ਿਕਾਇਤ ਮੇਰੀ, ਮੈਂ ਤਾਂ ਇੱਥੋਂ ਦਾ ਜੰਮਪਲ ਹਾਂ ਜੀ, ਆ ਪਿੰਡ ਮੇਰਾ ਟੱਲੇਵਾਲਾ, ਗੌਰਮੈਂਟ ਹਾਈ ਸਕੂਲ 'ਚ ਪੜ੍ਹਿਆ, SD ਕਾਲਜ ਪੜ੍ਹਿਆ, ਇੱਥੇ ਹੀ ਆ ਕੇ ਜ਼ਿਲ੍ਹਾ ਬਣਾਇਆ, ਸੜਕਾਂ ਬਣਾਈਆਂ, ਅੰਡਰ ਬ੍ਰਿਜ, ਓਵਰ ਬ੍ਰਿਜ, ਜਿੰਨਾ ਵਿਕਾਸ ਕੀਤਾ ਸੀ ਕੀਤਾ। ਆ ਲੋਕ ਇੰਨਾ ਪਿਆਰ ਕਰਦੇ, ਮੈਂ ਤੁਹਾਨੂੰ ਦੱਸ ਨਹੀਂ ਸਕਦਾ। ਠੀਕ ਹੈ ਜੀ, ਆਲ ਦਾ ਬੈਸਟ। ਸੋ ਗੱਲਬਾਤ ਅਸੀਂ ਕਰ ਰਹੇ ਸੀ ਕੇਵਲ ਢਿੱਲੋਂ ਦੇ ਨਾਲ, ਅਤੇ ਤੁਹਾਨੂੰ ਦਿਖਾ ਦਿੰਦੇ ਹਾਂ BJP ਦਾ ਕਿਸ ਤਰ੍ਹਾਂ ਦੇ ਨਾਲ ਪ੍ਰਚਾਰ ਚੱਲ ਰਿਹਾ ਬਰਨਾਲਾ ਵਿਧਾਨ ਸਭਾ
ਸੀਟ ਤੇ ਜਿਮਨੀ ਚੋਣਾਂ ਹੋਣ ਜਾ ਰਹੀਆਂ ਨੇ, ਟੋਟਲ 4 ਸੀਟਾਂ ਤੇ ਨੇ ਤੇ ਮੇਨ ਮਾਰਕੀਟ ਦੇ ਵਿੱਚ ਕਿਸ ਤਰ੍ਹਾਂ ਦਾ ਮਾਹੌਲ ਹੈ ਤੁਸੀਂ ਦੇਖ ਸਕਦੇ ਹੋ। ਬੀਜੇਪੀ ਦੇ ਜਿਹੜੇ ਸਪੋਰਟਰ ਨੇ ਕੇਵਲ ਢਿੱਲੋਂ ਦੇ ਨਾਲ ਨਾਲ ਚੱਲ ਰਹੇ ਨੇ, ਸੋ ਭੰਗੜੇ ਪਾਏ ਜਾ ਰਹੇ ਨੇ ਢੋਲ ਤੇ। ਕੇਵਲ ਢਿੱਲੋਂ ਨਾਲ ਗੱਲਬਾਤ ਕੀਤੀ ਹੈ ਤੇ ਉਹਨਾਂ ਨੇ ਆਪਣਾ ਰੋਡ ਮੈਪ ਸਾਂਝਾ ਕੀਤਾ ਬਰਨਾਲੇ ਦੇ ਹਲਕੇ ਦੇ ਜਿਹੜੇ ਲੋਕ ਨੇ ਉਹ ਕਿਸ ਤਰ੍ਹਾਂ ਦੇ ਨਾਲ ਇਸ ਵਾਰ ਬੀਜੇਪੀ ਨੂੰ ਕਿੰਨਾ ਕੁ ਹੰਗਾਰਾ ਦਿੰਦੇ ਨੇ। 20 ਤਰੀਕ ਨੂੰ ਜ਼ਰੂਰ ਇਸ ਗੱਲ ਦਾ ਪਤਾ ਲੱਗਣ ਜਾ ਰਿਹਾ। ਬਰਨਾਲਾ ਤੋਂ ਕੈਮਰਾਮੈਨ ਆਕਾਸ਼ਦੀਪ ਦੇ ਨਾਲ ਹਰਸ਼ਪਾਲ ਸਿੰਘ ਸਿੱਧੂ, ਬਾਬੂ ਸ਼ਾਹੀ ਟਾਈਮਸ।